ਉਹ ਕਲੱਚ ਮਚਾਦਾ ਯਾਰ ਅੱਗ ਮੈਂ ਵੀ ਵਗ ਜੂ ਕਿਸੇ ਪਾਸੇ ਮਚਾ ਤਾਂ ਦਿੰਦਾ ਹਰਮੇਲ ਸਿੰਘ ਗੋਡੇ ਨਾਲ ਬੈਠਾ ਨਹੀਂ ਜਾਂਦਾ ਮੈਂ ਉਹ ਚੱਲ ਵਗ ਜਾ ਯਾਰ ਮਤਾ ਆਪ ਹੀ ਮਚਾ ਲੂੰ ਕੰਮ ਹੋਇਆ ਦੱਸੀ ਹੈ ਉਹ ਵਗ ਜਾ ਪੜ ਜਾ ਤੂੰ ਯਾਰ ਕਿਸੇ ਕੰਮ ਦਾ ਨਹੀਂ ਇੱਥੇ ਕਿਹੜਾ ਪੁੱਛਦਾ ਕੋਈ ਕੋਈ ਜੀ ਨਹੀਂ ਆਖੇ ਲਾਵਾ ਕਿਸੇ ਜਵਾਬ ਨੂੰ ਕਹਿੰਦੇ ਉਹ ਨਹੀਂ ਆਖੇ ਲੱਗਦੇ ਨਾ ਕੀ ਅੱਗ ਲਾਈਏ ਚੁੱਲ੍ਹਾ ਭੰਨੀ ਜਾਂਦਾ ਉਹ ਮੈਂ ਵੀ ਆਪਦਾ ਝੁਲਸ ਮੜੂਆ ਕਰਨਾ ਨਹਾਉਣਾ ਨਹਾਉਣਾ ਮੈਂ ਵੀ ਕਿਸੇ ਪਾਸੇ ਉੱਠ ਜੁੜ ਜੂੰ ਜਿਹੜਾ ਜੀ ਹੈ ਮੇਰੇ ਤੇ ਆ ਚੜਦਾ ਤੂੰ ਇੱਕ ਤਾਂ ਰਿਸ਼ਤਾ ਨਹੀਂ ਕਰਾਉਂਦੀ ਉੱਤੋਂ ਤਾੜਾ ਮਾਰਦੀ ਆ ਜਾਂਦਾ ਵੀ ਤੂੰ ਪਾ ਜਾ ਤੇਰੀ ਸ਼ਕਲ ਰਿਸ਼ਤੇ ਵਾਲੀ ਹੈ ਉਹ ਜਾਣ ਦੇ ਤੂੰ ਜਾਣ ਦੇ ਭਰਾ ਵਗ ਜਾ ਇੱਥੇ ਜਿਹੜਾ ਜੀ ਹੈ ਤਪਾਉਣ ਨੂੰ ਹੈ ਕੋਈ ਅੱਗੜਾ ਮੱਚਦੀ ਹੈ ਕਿਹੜਾ ਹੋ ਗਿਆ ਕੀ ਗੱਲ ਆ ਕਿਹੜਾ ਯਾਰ ਮੈਂ ਤਾਂ ਜਸੀਰ ਮੋੜ ਲਿਆ ਕਹਿੰਦਾ ਰਿਸ਼ਤੇ ਵਾਸਤੇ ਗੱਲ ਕਰਨੀ ਆ ਉਹ ਭਰਜਾਈ ਸੁਣਦੀ ਆ ਆ ਕਲੱਚ ਹੋਰੀ ਆਏ ਨੇ ਰਸਤਾ ਕਰਾਉਣਗੇ ਮੈਨੂੰ ਛੇਤੀ ਨਿਕਲਿਆ ਕਰਾ ਅੱਛਾ ਲੈ ਭਰਜਾਈ ਆਪਾਂ ਨੇ ਕਰਾਣਾ ਇਸਗਾ ਰਿਸ਼ਤਾ ਅਸੀਂ ਕਰ ਤਾਂ ਲੈਂਦੇ ਹਾਂ ਪਰ ਪੈਸੇ ਨਹੀਂ ਹੈਗੇ ਸਾਡੇ ਕੋਲੇ ਅੱਛਾ ਚਲ ਠੀਕ ਆ ਫਿਰ ਮੈਂ ਯਾਰ ਸੱਤੂਆ ਕਰਾ ਦੂੰ ਹਨ ਘੜ ਜਾ ਬਾਈ ਇੱਕ ਮਿੰਟ ਜਸੀਰ ਸਿੰਘ ਹਾਂ ਕੋਈ ਹੋਰ ਅੱਗੇ ਪਿੱਛੇ ਗੱਲ ਕਰਕੇ ਦੇਖ ਲਓ ਮੇਰੀ ਗੱਲ ਸੁਣੋ ਅਸੀਂ ਕੱਜ ਵੱਜ ਕੇ ਵਿਆਹ ਨਹੀਂ ਕਰ ਸਕਦੇ ਹਾਂ ਅਸੀਂ ਚੁੰਨੀ ਚੜਾਵਾ ਕਰ ਲਾਂਗੇ ਚੁੰਨੀ ਚੜਾਵਾ ਉਹ ਬਾਈ ਚੁੰਨੀ ਚੜਾਵਾ ਛੱਡੋ ਯਾਰ ਚਾਹੇ ਮੇਰੇ ਤਾਂ ਲੀਰ ਚੜਾਵਾ ਹੀ ਕਰ ਦੋ ਬਾਈ